ਕੋਈ ਨਹੀਂ ਕੋਈ ਨਹੀਂ, ਆਪਣੀ ਵਾਈਫ ਨੂੰ ਤੁਸੀਂ ਸਮਝਾਓ ਕਿ ਆਪਣੀ ਸੱਸ ਨਾਲ ਨਹੀਂ ਲੜੀਦਾ ਹੁੰਦਾ, ਸੱਸ ਮਾਂ ਵਰਗੀ ਹੁੰਦੀ ਹੈਗੀ ਹੈ। ਹਾਂ, ਉਹਨਾਂ ਨੂੰ ਸਮਝਾਓ ਜ਼ਰਾ। ਠੀਕ ਹੈ ਵੀਰ ਜੀ, ਜੇ ਲੋੜ ਪਈ ਮੈਂ ਆ ਜੂੰਗਾ, ਕੋਈ ਗੱਲ ਨਹੀਂ। ਓਕੇ, ਆਹ ਤੁਸੀਂ ਲੋਕ ਆ ਗਏ ਹੋ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਰਾਜਾ ਬੇਟਾ ਵੱਲੋਂ ਬਹੁਤ ਬਹੁਤ ਪਿਆਰ ਅਤੇ ਸਤਿ ਸ਼੍ਰੀ ਅਕਾਲ। ਤੁਸੀਂ ਵੀ ਸੋਚਦੇ ਹੋਵੋਗੇ ਰਾਜਾ ਬੇਟਾ ਕਿਹਦੇ ਨਾਲ ਗੱਲ ਕਰ ਰਿਹਾ ਸੀ, ਉਹ ਅਸਾਂ ਦਾ ਇੱਕ ਦੋਸਤ ਹੈਗਾ, ਉਹਦੇ ਨਾਲ ਹੁਣੇ ਹੁਣੇ ਵਿਆਹ ਹੋਇਆ ਹੈਗਾ, ਅਤੇ ਉਹਦੀ ਜਿਹੜੀ ਵਹੁਤੀ ਹੈ ਨਾ, ਉਹ ਮੇਰੇ ਦੋਸਤ ਦੀ ਮੰਮੀ ਨਾਲ ਰੋਜ਼ ਲੜਾਈ ਕਰਦੀ ਹੈਗੀ ਹੈ। ਯਾਰ ਇੱਥੋਂ ਨਾ ਰਾਜਾ ਬੇਟਾ ਦੇ ਦਿਮਾਗ 'ਚ ਗੱਲ ਆਈ ਜੇ, ਪੁੱਛਾ ਕੇ ਉਹ ਯਾਰ ਵਿਆਹ ਤੋਂ ਪਹਿਲਾਂ ਜਿਹੜੀ ਕੁੰਡਲੀ ਮਿਲਾਉਂਦੇ ਆ, ਉਹ ਮੁੰਡੇ ਕੁੜੀ ਦੀ ਕਿਉਂ ਮਿਲਾਉਂਦੇ ਆ? ਜੇ ਮਿਲਾਉਣੀ ਹੈ ਤਾਂ ਕੁੜੀ ਦੀ ਹੋਣ ਵਾਲੀ ਸੱਸ ਦੀ ਮਿਲਾਓ, ਤਾਂ ਕਿ ਇਹਨਾਂ ਦੋਨਾਂ ਦੀ ਆਪਸ 'ਚ ਕੋਈ ਲੜਾਈ ਨਾ ਹੋਵੇ। ਮੁੰਡਾ ਤਾਂ ਫਿਰ ਰੱਬ ਦਾ ਭਾਣਾ ਸਮਝ ਕੇ ਸਾਰੀ ਜ਼ਿੰਦਗੀ ਕੱਟ ਹੀ ਲੈਂਦਾ ਹੈਗਾ। ਖੈਰ ਕੋਈ ਗੱਲ ਨਹੀਂ, ਇਹ ਤਾਂ ਰਾਜਾ ਬੇਟਾ ਨੇ ਇੱਕ ਛੋਟਾ ਜਿਹਾ ਜੁੱਕ ਮਾਰਿਆ ਸੀਗਾ, ਪਰ ਜੇ ਹੁਣ ਤੁਸੀਂ ਆ ਗਏ ਹੋ ਨਾ, ਤਾਂ ਅਸਾਂ ਦੀ ਡਿਊਟੀ ਬਣਦੀ ਹੈਗੀ ਹੈ ਕਿ ਤੁਸਾਂ ਨੂੰ ਐਂਟਰਟੇਨ ਕੀਤਾ ਜਾਵੇ, ਅਤੇ ਉਹ ਦੇਖੀਏ ਰਾਜਾ ਬੇਟਾ ਬਾਲੀਵੁੱਡ ਦੇ ਗਲਿਆਰੇ 'ਚ ਕਿਹੜੀ ਕਿਹੜੀ ਨਵੀਂ ਖਬਰ ਲੈ ਕੇ ਆਇਆ ਜੀ। ਚਲੋ ਬਈ ਰਾਜਾ ਬੇਟਾ। ਪਹਿਲੀ ਗੱਲ, ਚਾਚਾ ਜੀ ਨੇ ਕੱਢਣ ਨਹੀਂ ਸਿਖਾਈ। ਗੱਲ ਕੱਢ ਦਮਨ ਕਿਰਤ ਫਿਰ ਸ਼ਰੇਆਮ ਹੋ ਗਿਆ। 16ਵਾਂ ਵੀ ਟੱਪਿਆ, 17ਵਾਂ ਵੀ ਟੱਪਿਆ, ਮਨਕੀਰਤ ਫਿਰ ਗਾਲਾਂ ਲਈ ਬਦਨਾਮ ਹੋ ਗਿਆ। ਅਤੇ ਇਹ ਗਾਣਾ ਰਾਜਾ ਬੇਟਾ ਐਵੇਂ ਨਹੀਂ ਜੇ ਕਰ ਰਿਹਾ। ਤੁਸਾਂ ਨੂੰ ਪਤਾ ਮਨਕੀਰਤ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ ਦੇ ਲਾਈਵ ਦੇ ਉੱਤੇ ਗਾਲਾਂ ਕੱਢ ਛੋੜੀਆਂ ਨੇ। ਇਹ ਉਦੋਂ ਕੱਢੀਆਂ ਜਦ ਮਨਕੀਰਤ ਵੀਰ ਜੀ ਨੂੰ ਕਿਸੇ ਨੇ ਥੱਲੇ ਕਮੈਂਟ ਕਰ ਦਿੱਤਾ ਕਿ ਤੂੰ ਫੇਕ ਹੈ। ਉਸ ਤੋਂ ਬਾਅਦ ਦੇਖੋ ਵੀ ਮਨਕੀਰਤ ਵੀਰ ਜੀ ਕਿੱਦਾਂ ਗੁੱਸੇ 'ਚ ਆਏ ਨੇ, ਅਤੇ ਉਹਨਾਂ ਨੇ ਗਾਲਾਂ ਕੱਢ ਛੋੜੀਆਂ ਨੇ। ਇੱਕ ਪਤਾ ਨਹੀਂ ਕਿਹੜਾ ਸਿਮਰਨ ਘੁੰਮਣ ਕਹਿੰਦਾ ਫੇਕ ਬੰਦਾ ਯਾਰ ਤੂੰ, ਇਹੋ ਜਿਹੇ ਕਰਦਾ ਫੇਕ ਨੂੰ ਮੈਂ ਤੇਰੇ ਨਾਲ ਕਰ ਲਿਆ ਦੇਖਦਾ। ਅੱਜ ਤੱਕ ਆਪਾਂ ਜਿਉਂ ਦਿਲੋਂ ਆ, ਜੋ ਕਹਿੰਦੇ ਹਾਂ ਦਿਲੋਂ ਕਹਿੰਦੇ, ਕਿਉਂਕਿ ਮੈਂ ਬੜਾ ਕੁਛ ਕਹਿੰਦਾ ਨਹੀਂ। ਮਨਕੀਰਤ ਔਲਖ ਵੀਰ ਜੀ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਜੇ। ਇਸ ਵੀਡੀਓ ਦੇ ਵਿੱਚ ਮਨਕੀਰਤ ਔਲਖ ਨੇ ਆਪਣੇ ਲਾਈਵ ਦੇ ਵਿੱਚ ਇੱਕ ਬੰਦੇ ਦੇ ਫੇਕ ਕਹਿਣ 'ਤੇ ਉਸਨੂੰ ਗਾਲਾਂ ਕੱਢ ਛੋੜੀਆਂ ਨੇ। ਕਿੱਦਾਂ ਆਇਆ ਕਮੈਂਟ ਅਤੇ ਕਿੱਦਾਂ ਕੱਢੀਆਂ ਮਨਕੀਰਤ ਔਲਖ ਵੀਰ ਜੀ ਨੇ ਗਾਲਾਂ, ਤੁਸੀਂ ਆਪੇ ਸੁਣੋ। ਰਾਜਾ ਬੇਟਾ ਤਾਂ ਉਸੇ ਵੇਲੇ ਡਰ ਗਿਆ ਵੀਡੀਓ ਦੇਖ ਕੇ। ਹੋਰ ਸੁਣਾਓ। ਥੈਂਕ ਯੂ, ਮੈਂ ਤੁਹਾਡਾ ਹਮੇਸ਼ਾ ਸਾਰਿਆਂ ਦਾ ਕਰਦਾ, ਲਵ ਯੂ, ਜਿਉਂਦੇ ਵੱਜਦੇ ਰਹੋ। ਅਤੇ ਮੈਂ ਸਹੀ ਗੱਲ ਕਹਿਣ ਵਾਲੇ ਲਾਈਵ ਹੋਇਆ ਸੀ, ਇੱਕ ਪਤਾ ਨਹੀਂ ਕਿਹੜਾ ਸਿਮਰਨ ਘੁੰਮਣ ਕਹਿੰਦਾ ਫੇਕ ਬੰਦਾ ਯਾਰ ਤੂੰ, ਇਹੋ ਜਿਹੇ ਕਰਦਾ ਫੇਕ ਨੂੰ ਮੈਂ ਤੇਰੇ ਨਾਲ ਕਰ ਲਿਆ ਦੇਖਦਾ। ਸੋ ਇੱਕ ਦੇ ਕਹਿੰਦਾ ਫੇਕ, ਅੱਜ ਤੱਕ ਆਪਾਂ ਜਿਉਂ ਆ ਦਿਲੋਂ ਆ, ਜੋ ਕਹਿੰਦੇ ਹਾਂ ਦਿਲੋਂ ਕਹਿੰਦੇ, ਕਿਉਂਕਿ ਮੈਂ ਬੜਾ ਕੁਛ ਕਹਿੰਦਾ ਨਹੀਂ। ਸੋ ਹੂ ਕੇਅਰਸ। ਅਤੇ ਬਾਕੀ ਲਵ ਯੂ ਗਾਇਸ, ਅਤੇ ਖਿੱਚ ਕੇ ਰੱਖੋ ਕੰਮ। ਮੈਂ ਅਮਿਤ ਦਾ ਫਿਰ ਮੈਸੇਜ ਆ ਗਿਆ, ਅਮਿਤ ਬਟਾਲਾ ਨੰਬਰ 1 ਭਰਾ, ਲਵ ਯੂ ਬਰੋ, ਲਵ ਯੂ, ਲਵ ਯੂ ਮੈਨ। ਅਤੇ ਬਾਕੀ ਲਵ ਯੂ ਵੀਰੇ, ਅਤੇ ਸਾਰੇ ਸਰੋਤਿਆਂ ਨੂੰ ਇੱਕੋ ਮੇਰਾ ਮੈਸੇਜ, ਜਿਉਂਦੇ ਵੱਜਦੇ ਰਹੋ, ਤਰੱਕੀਆਂ ਕਰੋ ਅਤੇ ਕਾਮਯਾਬ ਹੋਵੋ, ਮਿਹਨਤ ਕਰਕੇ ਅੱਗੇ ਆਓ। ਵੈਸੇ ਸਾਨੂੰ ਲੱਗਦਾ ਕਿ ਮਨਕੀਰਤ ਵੀਰ ਜੀ ਆਪਣੇ ਗਾਣੇ ਆਪਣੀ ਲਾਈਫ ਦੇ ਉੱਤੇ ਬਣਾਉਂਦੇ ਨੇ। ਜਿੱਦਾਂ ਲਾਈਫ ਦੇ ਵਿੱਚ ਸ਼ਰੇਆਮ ਹੋ ਗਿਆ ਨਾ ਗਾਲਾਂ ਕੱਢਦਾ ਕੱਢਦਾ ਮਨਕੀਰਤ ਵੀਰ ਜੀ, ਉੱਦਾਂ ਹੀ ਆਪਣੇ ਗਾਣੇ ਦੇ ਵਿੱਚ ਵੀ ਸ਼ਰੇਆਮ ਕਹਿੰਦਾ, ਗਾਲਾਂ ਕੱਢਦਾ ਫਿਰ ਬਿੱਲਾ ਸ਼ਰੇਆਮ ਹੋ ਗਿਆ। ਔਰ ਰਾਜਾ ਬੇਟਾ ਨੂੰ ਇੱਕ ਹੋਰ ਗੱਲ ਪਤਾ ਲੱਗ ਗਈ ਜੇ, ਔਰ ਜਿਹੜੀ ਜੈਸਮੀਨ ਸੈਲਸ ਦੀਦੀ ਹੈ ਨਾ, ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵਾਪਸ ਆ ਗਈ ਜੇ। ਅਤੇ ਜਿੱਦਾਂ ਜੈਸਮੀਨ ਸੈਲਸ ਦੀਦੀ ਆਪਣੇ ਸੋਸ਼ਲ ਮੀਡੀਆ 'ਤੇ ਵਾਪਸ ਆਈ ਨਾ, ਇਸਦੀਆਂ ਵੀਡੀਓਜ਼ ਵੀ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਨੇ। ਅਤੇ ਜਿਹੜੀ ਹੁਣ ਵੀਡੀਓ ਦੀ ਰਾਜਾ ਬੇਟਾ ਗੱਲ ਕਰਨ ਜਾ ਰਿਹਾ ਨਾ, ਇਸ ਵੀਡੀਓ ਦੇ ਵਿੱਚ ਜੈਸਮੀਨ ਸੈਲਸ ਦੀਦੀ ਬੱਚਿਆਂ ਤੋਂ ਹਾਰਦੀ ਨਜ਼ਰ ਆ ਰਹੀ ਜੇ। ਉਹ ਸੱਚੀ, ਔਰ ਵੇਖੋ ਜਿਹੜਾ ਵੀਡੀਓ, ਤਾਂ ਸਾਨੂੰ ਹੁਣੇ ਪਤਾ ਲੱਗ ਜਾਏਗਾ। I look like Jasmine Sanders, but I'm not. She is the real Jasmine Sanders. She is Jasmine Sanders. No, I'm not.
ਜੈਸਮਨ ਸੈਂਡਲਸ ਦੀਦੀ ਨੇ ਵੀਡੀਓ ਆਪਣੇ ਸਨੈਪਚੈਟ ਦੇ ਉੱਤੇ ਸ਼ੇਅਰ ਕੀਤੀ ਜੇ ਇਸ ਵੀਡੀਓ ਦੇ ਵਿੱਚ ਜੈਸਮਨ ਸੈਂਡਲਸ ਦੀਦੀ ਨੂੰ ਛੋਟੇ ਛੋਟੇ ਬੱਚੇ ਸਵਾਲ ਪੁੱਛਦੇ ਪਏ ਨੇ ਪਹਿਲਾਂ ਤਾਂ ਜੈਸਮਨ ਦੀਦੀ ਨੇ ਇਹਨਾਂ ਬੱਚਿਆਂ ਨੂੰ ਕਨਫਿਊਜ਼ ਕਰਨ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜੈਸਮਨ ਦੀਦੀ ਇਹਨਾਂ ਬੱਚਿਆਂ ਤੋਂ ਹਾਰੀ ਗਈ ਔਰ ਤੁਸੀਂ ਦੇਖੋ ਕਿੱਦਾਂ ਜੈਸਮਨ ਦੀਦੀ ਹਾਰੀ ਇਹਨਾਂ ਬੱਚਿਆਂ ਤੋਂ Oh, that's awesome. Yes. We listen to you. You do? It's really amazing. Do you dance to them too? Yeah. I know. I'm so good. You're so crazy dancing, so you just don't do it? Yeah. That's really awesome. That's not awesome. I look like Jasmine Sandler, but I'm not. It is the real Jasmine Sandler. She oh is Jasmine Sandler. No, I'm not. That's your heart. Then what's your real name? Wow. The real Jasmine Sandler is on TV only. This is someone else. I'm just like pretending to be her. Oh, no. What's your real name? Just kidding, I'm Jasmine Sandler. ਵੈਸੇ ਕਹਿੰਦੇ ਨੇ ਨਾ ਬੱਚੇ ਜਿਹੜੇ ਹੁੰਦੇ ਨੇ ਰੱਬ ਦਾ ਰੂਪ ਹੁੰਦੇ ਨੇ ਅਤੇ ਉਹਨਾਂ ਨੂੰ ਖੁਸ਼ ਕਰਨ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਂਦਾ ਅਤੇ ਇੱਦਾਂ ਦਾ ਇੱਕ ਜੈਸਮੀਨ ਦੀਦੀ ਨੇ ਕਰ ਦਿੱਤਾ ਉਹਨਾਂ ਨੂੰ ਖੁਸ਼ ਕਰਨ ਦੇ ਲਈ ਇੱਦਾਂ ਜੈਸਮੀਨ ਦੀਦੀ ਵੀ ਖੁਸ਼ ਬੱਚੇ ਵੀ ਖੁਸ਼ ਅਤੇ ਰਾਜਾ ਬੇਟਾ ਤਾਂ ਹਮੇਸ਼ਾ ਹੀ ਖੁਸ਼ ਹਾਂ ਸ਼ੇਰੀਓ ਤਲੰਗਨ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਤੁਸੀਂ ਵੀ ਸੋਚਿਆ ਹੋਗੇ ਕਿ ਰਾਜਾ ਬੇਟਾ ਸੋ ਹਾਈ ਗਾਣਾ ਕਿਉਂ ਗਾ ਰਿਹਾ ਔਰ ਜੇਕਰ ਮੁੱਖ ਮੰਤਰੀ ਇਹ ਗਾਣਾ ਗਾ ਸਕਦਾ ਹੈ ਫਿਰ ਰਾਜਾ ਬੇਟਾ ਕਿਉਂ ਨਹੀਂ ਗਾ ਸਕਦਾ ਰਾਜਾ ਬੇਟਾ ਦੇ ਤਾਂ ਫਿਰ ਥੋੜ੍ਹੇ ਮੋਟੇ ਸੁਰ ਰਹਿ ਗਏ ਨੇ ਮੁੱਖ ਮੰਤਰੀ ਵੀਰ ਜੀ ਨੇ ਗਾਣਾ ਗਾ ਛੋੜਿਆ ਜੇ ਅਤੇ ਵੀਡੀਓ ਨੂੰ ਉਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਪੋਸਟ ਕਰ ਦਿੱਤਾ ਜੇ ਮਜ਼ਾਕ ਨਹੀਂ ਕਰ ਰਿਹਾ ਮੈਂ ਦੇਖੋ ਜਿਹੜਾ ਆਪਣੀ ਪ੍ਰੈਕਟਿਸ ਕਿੱਦਾਂ ਕਰਦਾ ਪਿਆ ਮੁੱਖ ਮੰਤਰੀ ਸੋਹਾ ਹੀ ਗਾਣੇ ਦੇ ਨਾਲ ਮੁੱਖ ਮੰਤਰੀ ਵੀਰ ਜੀ ਨੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕਰ ਛੋੜਿਆ ਜੇ ਇਸ ਵੀਡੀਓ ਦੇ ਵਿੱਚ ਮੁੱਖ ਮੰਤਰੀ ਵੀਰ ਜੀ ਸਿੱਧੂ ਮੂਸੇਵਾਲਾ ਵੀਰ ਜੀ ਦਾ ਗਾਣਾ ਸੋ ਆਈ ਗਾ ਕੇ ਰਿਹਰਸਲ ਕਰ ਰਹੇ ਹਨ ਇਸ ਵੀਡੀਓ ਨੂੰ ਪੋਸਟ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਪ੍ਰੈਕਟਿਸ ਸੈਸ਼ਨ ਵਿਦ ਸੋਨੀ ਮਾਨ ਨਵਾਂ ਸਿੱਖਣ ਦੀ ਕੋਸ਼ਿਸ਼ ਗਲਤੀ ਮਾਫ਼ ਕਰਿਓ ਅੱਜ ਦੇਖੋ ਕਿਸ ਤਰ੍ਹਾਂ ਵਿਗਾੜਿਆ ਉਹ ਗਾਇਆ ਗਾਣਾ ਸੋ ਹਾਈ ਮੁੱਖ ਮੰਤਰੀ ਨੇ ਵੈਸੇ ਮੁੱਖ ਮੰਤਰੀ ਵੀਰ ਜੀ ਤੁਸਾਂ ਤਾਂ ਵੀ ਸਰਿਆ ਹੀ ਪਿਆ ਜੇ ਕਿਸੇ ਵੇਲੇ ਤੁਸੀਂ ਮੁੱਖ ਮੰਤਰੀ ਦੇ ਆਪਣੇ ਗਾਣੇ ਡੈਵਿਲ ਦੇ ਵਿੱਚ ਬੋਲਦੇ ਹੈਗੇ ਹੋ ਕਿ ਨਾੜਾ ਬੰਨਣਾ ਨਹੀਂ ਆਉਂਦਾ ਅਤੇ ਡੱਬ 'ਚ ਗਲੋਕ ਰੱਖਦਾ ਦੀਆਂ ਗੱਲਾਂ ਕਰਦਾ ਅਤੇ ਹੁਣ ਉਹਦੇ ਗਾਣੇ 'ਤੇ ਰਿਹਰਸਲਾਂ ਕਰੀ ਜਾਂਦੇ ਪਏ ਹੋ ਯਾਰ ਸਮਝ ਜਾਓ ਭਾਈ ਕੀ ਹੋ ਗਿਆ ਜੇ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਗਾਣਾ ਗਾਓ ਰਿਹਰਸਲ ਕਰਨੀ ਜਿਹੜਾ ਮਰਜ਼ੀ ਗਾਣਾ ਗਾਓ ਪਰ ਗਾਓ ਯਾਰ ਰੋਸ਼ਨ ਪ੍ਰਿੰਸ ਵੀਰ ਜੀ ਨੇ ਇਤਨੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਸ਼ੇਅਰ ਕੀਤੀਆਂ ਨੇ ਕਿ ਰਾਜਾ ਬੇਟਾ ਦਾ ਦਿਲ ਗਾਦਨ ਹੋ ਗਿਆ ਜੇ ਉਹ ਇਸ ਵੇਲੇ ਰੋਸ਼ਨ ਪ੍ਰਿੰਸ ਵੀਰ ਜੀ ਨਾ ਆਪਣੀ ਫੈਮਿਲੀ ਦੇ ਨਾਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਘੁੰਮਦੇ ਪਏ ਨੇ ਅਤੇ ਉੱਥੋਂ ਦੇ ਘੁੰਮਦਿਆਂ ਦੀ ਵਿਕੇਸ਼ਨ ਦੀਆਂ ਫੋਟੋਆਂ ਰੋਸ਼ਨ ਪ੍ਰਿੰਸ ਵੀਰ ਜੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ ਨੇ ਅਤੇ ਉਸ ਦੇ ਵਿੱਚ ਇਤਨਾ ਕਿਊਟ ਲੱਗ ਰਿਹਾ ਨਾ ਗੌਰਿਕ ਉਹ ਇਤਨਾ ਕਿਊਟ ਲੱਗ ਰਿਹਾ ਕਹਿੰਦਿਆਂ ਦੀ ਨਹੀਂ ਹੈਗੀ ਜੇ ਤੁਸੀਂ ਦੇਖਣੀ ਫੋਟੋਆਂ ਵੇਖੋ ਵੇਖੋ ਜਿਹੜਾ ਫੋਟੋਆਂ ਰੋਸ਼ਨ ਪ੍ਰਿੰਸ ਵੀਰ ਜੀ ਨੇ ਇਹਨਾਂ ਫੋਟੋਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸ਼ੇਅਰ ਕੀਤਾ ਜੇ ਇਹਨਾਂ ਫੋਟੋਆਂ ਦੇ ਵਿੱਚ ਰੋਸ਼ਨ ਪ੍ਰਿੰਸ ਵੀਰ ਜੀ ਨੇ ਦਿਖਾਇਆ ਕਿ ਉਹ ਕਿਸ ਤਰ੍ਹਾਂ ਆਪਣੀ ਫੈਮਿਲੀ ਦੇ ਨਾਲ ਕੈਨੇਡਾ ਦੇ ਵਿੱਚ ਆਪਣੀ ਵੈਕੇਸ਼ਨ ਨੂੰ ਇੰਜੋਏ ਕਰ ਰਹੇ ਨੇ ਅਤੇ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀਆਂ ਇਹਨਾਂ ਫੋਟੋਆਂ ਰੋਸ਼ਨ ਪ੍ਰਿੰਸ ਦੇ ਵਿੱਚ ਗੌਰਿਕ ਦੀਆਂ ਜੋ ਕਿ ਰੋਸ਼ਨ ਪ੍ਰਿੰਸ ਨੇ ਇੰਸਟਾਗ੍ਰਾਮ ਦੇ ਉੱਤੇ ਪੋਸਟ ਕੀਤੀਆਂ ਨੇ ਤੁਸੀਂ ਵੀ ਦੇਖੋ ਇਹਨਾਂ ਸਾਰੀਆਂ ਫੋਟੋਆਂ ਨੂੰ
ਵੈਸੇ ਰੋਸ਼ਨ ਪ੍ਰਿੰਸ ਵੀਰ ਜੀ ਦੀ ਨਾ ਫੋਟੋਆਂ ਦੇਖ ਕੇ ਨਾ ਰਾਜਾ ਬੇਟਾ ਦਾ ਵੀ ਦਿਲ ਕਰ ਰਿਹਾ ਕਿ ਰਾਜਾ ਬੇਟਾ ਵੀ ਨਾ ਹੁਣ ਵਕੇਸ਼ਨ 'ਤੇ ਹੋ ਕੇ ਆਵੇ, ਆਪਣੀ ਫੈਮਿਲੀ ਨੂੰ ਨਾਲ ਲੈ ਕੇ ਜਾਵੇ। ਚਲੋ ਕੌਰਿਕ ਵਰਗਾ ਬੇਬੀ ਤਾਂ ਰਾਜਾ ਬੇਟਾ ਤਾਂ ਹੈ ਨਹੀਂ, ਬਟ ਵਕੇਸ਼ਨ ਦੇ ਉੱਤੇ ਨਾ ਕੋਈ ਬੇਬੀ 'ਚ ਲੱਭ ਕੇ ਨੋਈਆਂ ਫੋਟੋਆਂ ਖਿਚਵਾਵੇ ਉਹਦੇ ਨਾਲ। ਸੋ ਇੱਦਾਂ ਕਰਦਾ ਰਾਜਾ ਬੇਟਾ ਹੁਣ ਆਪਣੇ ਘਰਦਿਆਂ ਨਾਲ ਕਰਦਾ ਗੱਲ, ਆਪਣੇ ਪਾਪਾ ਜੀ ਨਾਲ ਗੱਲ ਕਰਦਾ ਹੈਗਾ ਅਤੇ ਪਲਾਨ ਕਰਦਾ ਕੋਈ ਵਕੇਸ਼ਨ। ਪਰ ਤੁਸੀਂ ਇੱਕ ਗੱਲ ਜ਼ਰੂਰ ਯਾਦ ਰੱਖਣੀ, ਜੇ ਐਂਟਰਟੇਨਮੈਂਟ ਬਾਲੀਵੁੱਡ ਬਾਲੀਵੁੱਡ ਦੀ ਕੋਈ ਵੀ ਖਬਰ ਹੋਵੇ ਨਾ ਉਹਦੇ ਲਈ ਤੁਸੀਂ ਜੁੜੇ ਰਹਿਣਾ ਜੀ ਦੈਨਿਕ ਸਵੇਰਾ ਟੀਵੀ ਦੇ ਨਾਲ। ਤਦ ਤੱਕ ਲਈ ਰਾਜਾ ਬੇਟਾ ਨੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।